करने नुएना पाप करने नुएना मजबूर हो गया मेरे यीशु मैं जदों दा इत्थों दूर हो गया मेरे यीशु मैं जदों दा इत्थों दूर हो गया पाप करने नुएना मजबूर हो गया मेरे यीशु मैं जदों दा इत्थों दूर हो गया मेरे यीशु मैं जदों दा इत्थों दूर हो गया बिना गलों लोका ते मैं दोष लौंदा रहंदा हां बिना गलों लोका ते मैं दोष लौंदा रहंदा हां मुंह कहना चाहंदा नहीं जो ओ गल्लां कहंदा हां मुंह कहना चाहंदा नहीं जो ओ गल्लां कहंदा हां ओहो गल्ला कहंदा मैनू जग दिया चीजां दा सरूर हो गया मेरे यीशु मैं जदों दा इत्थों दूर हो गया मेरे यीशु मैं जदों दा इत्थों दूर हो गया सच्ची दसा रोज दी दुआ छड दित्ती है सच्ची दसा रोज दी दुआ छड दित्ती है लोकां उते करनी दया छड दित्ती है लोकां उते करनी दया छड दित्ती है दया छड दित्ती है मैनू अपने ते बड़ा ही गरूर हो गया मेरे यीशु मैं जदों दा इत्थों दूर हो गया मेरे यीशु मैं जदों दा इत्थों दूर हो गया कर दे दया तू तेरे राही मुड़ आवां मैं कर दे दया तू तेरे राही मुड़ आवां मैं मुड़ के कदी भी ओ ना राहां ते ना जावां मैं मुड़ के कदी भी ओ ना राहां ते ना जावां मैं राहां ते ना जावां मैं बुरे कम्मां लई मैं बड़ा मशहूर हो गया मेरे यीशु मैं जदों दा इत्थों दूर हो गया मेरे यीशु मैं जदों दा इत्थों दूर हो गया
ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਸਾਰੀਆਂ ਗੱਲਾਂ ਦੇ ਲਈ। ਔਰ ਮੈਂ ਖਾਸ ਦੱਸਣਾ ਚਾਹਾਂਗਾ ਹੁਣੇ ਹੁਣੇ ਤੁਸੀਂ ਜਿਹੜਾ ਗੀਤ ਸੁਣਿਆ ਹੈ ਔਰ ਉਹ ਗੀਤ ਦਾ ਜਿਹੜਾ ਮਕਸਦ ਸੀਗਾ ਉਹ ਮੈਂ ਦੱਸਣਾ ਚਾਹਾਂਗਾ। ਪ੍ਰਭੂ ਦੇ ਵਚਨ 'ਚ ਲਿਖਿਆ ਹੈ, ਯੋਹੰਨਾ 15:5 ਵਿੱਚ ਲਿਖਿਆ ਹੈ ਕਿ ਮੇਰੇ ਤੋਂ ਦੂਰ ਰਹਿ ਕੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਕੁਛ ਸਾਲ ਪਹਿਲਾਂ ਪ੍ਰਭੂ ਨੇ ਇਹ ਗੀਤ ਦਿੱਤਾ ਸੀ ਉਸ ਇਸ ਆਇਤ ਦੇ ਉੱਪਰ ਇਹ ਗੀਤ ਬੇਸਡ ਆ। ਔਰ ਮੈਂ ਆਸ ਕਰਦਾ ਕਿ ਜਿਹੜਾ ਤੁਸੀਂ ਹੁਣੇ ਸੁਣਿਆ ਹੈ ਗੀਤ, ਪ੍ਰਭੂ ਦੀ ਇਸ ਗੀਤ ਦੇ ਉੱਪਰ ਇੱਕ ਦਇਆ ਹੈ। ਔਰ ਮੈਂ ਦਿਲ 'ਚੋਂ ਪ੍ਰਾਰਥਨਾ ਕਰਦਾ ਤੁਹਾਡੇ ਸਾਰਿਆਂ ਦੇ ਲਈ ਕਿ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ ਇੱਕ ਆਸ਼ੀਸ਼ ਲੈ ਕੇ ਆਏਗਾ, ਬਰਕਤ ਲੈ ਕੇ ਆਏਗਾ। ਤੁਸੀਂ ਇਸ ਗੀਤ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਲੋਕ ਇਸ ਗੀਤ ਦੇ ਦੁਆਰਾ ਆਸ਼ੀਸ਼ਿਤ ਹੋਣ। ਔਰ ਮੈਂ ਦੱਸਣਾ ਚਾਹਾਂਗਾ ਕਿ ਇਸ ਗੀਤ ਨੂੰ ਬਣਾਉਣ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਯੋਗਦਾਨ ਮਿਹਨਤ ਕੀਤੀ ਹੈ। ਔਰ ਮੈਂ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਮਿਲਾਉਣਾ ਚਾਹਾਂਗਾ ਬ੍ਰਦਰ ਰਣਜੀਤ ਉੱਪਲ ਜੀ ਨੇ ਮੇਰੇ ਨਾਲ, ਜਿਨ੍ਹਾਂ ਨੇ ਬਹੁਤ ਅੱਛਾ ਵੀਡੀਓ ਕੀਤਾ ਇਸ ਗੀਤ ਦਾ, ਔਰ ਬ੍ਰਦਰ ਸੈਮ ਨੇ, ਸਿਸਟਰ ਸਿਮਰਨ ਜੀ ਨੇ, ਇਹਨਾਂ ਨੇ ਇਸ ਗੀਤ ਦੇ ਵਿੱਚ ਐਕਟ ਕੀਤਾ। ਔਰ ਦੱਸਣਾ ਚਾਹਾਂਗੇ ਇਹਨਾਂ ਨੇ ਇਸ ਗੀਤ ਨੂੰ ਸਪੋਂਸਰ ਕੀਤਾ ਹੈ। ਦਿਨੇਸ਼ ਠੀਕੇ ਜੀ ਨੇ ਇਸਦਾ ਮਿਊਜ਼ਿਕ ਕੀਤਾ ਹੈ ਔਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਕੰਮ ਕੀਤਾ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਸ ਗੀਤ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਲੋਕ ਇਸ ਗੀਤ ਦੇ ਦੁਆਰਾ ਆਸ਼ੀਸ਼ਿਤ ਹੋਣ, ਬਹੁਤ ਸਾਰੇ ਲੋਕ ਛੁਟਕਾਰਾ ਪਾਉਣ, ਪ੍ਰਭੂ ਦੀ ਆਸ਼ੀਸ਼ ਨੂੰ, ਉਹਦੇ ਗ੍ਰੇਸ ਨੂੰ ਹਾਸਿਲ ਕਰ ਸਕਣ। ਸਾਰਿਆਂ ਨੂੰ ਜੈ ਮਸੀਹ ਦੀ। ਥੈਂਕ ਯੂ ਸੋ ਮਚ।